ਸਤਿ ਸ਼੍ਰੀ ਅਕਾਲ ਤੇ ਵੈਲਕਮ ਸਾਰਿਆਂ ਦਾ ਜੀ ਸਾਡੇ ਅਕੈਡਮਿਕ ਵਿਸ਼ਨ ਦੇ YouTube ਚੈਨਲ ਤੇ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ। ਅੱਜ ਦੋ ਤਿੰਨ ਗੱਲਾਂ ਇੰਪੋਰਟੈਂਟ ਕਰਨੀਆਂ ਨੇ ਇਸ ਵੀਡੀਓ ਦੇ ਵਿੱਚ, ਕਿਊਬਿਕ ਵਾਲੇ ਰਿਜ਼ਲਟਸ ਦੀ ਗੱਲ ਵੀ ਕਰਨੀ ਆ। ਉਸ ਤੋਂ ਪਹਿਲਾਂ ਸਟੂਡੈਂਟਸ ਆਮ ਤੌਰ ਤੇ ਪੁੱਛ ਰਹੇ ਨੇ ਅੱਜ ਕੱਲ੍ਹ, ਕਿਉਂਕਿ ਏਅਰ ਕੈਨੇਡਾ ਨੇ ਪਿੱਛੇ ਜੇ ਇੱਕ ਟਵੀਟ ਦੀ ਜੋ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਸੀਗੀ, ਉਹ 'ਚ ਦੱਸਿਆ ਸੀ ਕਿ ਅਸੀਂ ਟੈਂਟੇਟਿਵਲੀ 1 ਅਗਸਤ ਤੋਂ ਫਲਾਈਟਸ ਸ਼ੁਰੂ ਕਰ ਰਹੇ ਹਾਂ ਨਿਊ ਦਿੱਲੀ ਟੋਰਾਂਟੋ, ਔਰ ਉਹ ਤੋਂ ਪਹਿਲਾਂ 29 ਜੁਲਾਈ ਨੂੰ ਅਸੀਂ ਇੱਕ ਟੈਸਟ ਫਲਾਈਟ ਵੀ ਕਰਾਂਗੇ। ਅਤੇ ਇਹਦੇ 'ਤੇ ਸਟੂਡੈਂਟਸ ਨੇ ਪੁੱਛਿਆ ਵਾ ਕਿ ਇਹ ਕੀ ਇਹ ਸ਼ੋਰ ਆ ਕਿ ਇਹ ਫਲਾਈਟ ਸ਼ੁਰੂ ਹੋਊਗੀ ਔਰ ਇਹ ਫਲਾਈਟ ਦਾ ਬੈਨ ਖਤਮ ਹੋ ਜਾਊਗਾ। ਨਹੀਂ, ਉਹਨਾਂ ਨੇ ਕਿਹਾ ਵਾ ਕਿ ਟੈਂਟੇਟਿਵਲੀ ਅਸੀਂ ਹਾਲਾਂਕਿ ਬੁਕਿੰਗਸ ਵੀ ਲੈ ਰਹੇ ਨੇ, ਬਟ ਜਦ ਤੱਕ ਗਵਰਨਮੈਂਟ ਦੀ ਕੋਈ ਆਫਿਸ਼ੀਅਲ ਅਨਾਊਂਸਮੈਂਟ ਨਹੀਂ ਆਉਂਦੀ ਆਪਾਂ ਇਹਨੂੰ ਫੁੱਲ ਪਰੂਫ ਨਹੀਂ ਮੰਨ ਸਕਦੇ। ਇਸ ਕਰਕੇ ਇਹ ਸੋਚ ਕੇ ਨਾ ਚੱਲਿਓ ਕਿ 1 ਅਗਸਤ ਤੋਂ ਜਿਹੜੀ ਇਹ ਫਲਾਈਟ ਬੈਨ ਸੀ ਇਹ ਚੱਕਿਆ ਜਾਣਾ ਵਾ, ਔਰ ਏਅਰ ਕੈਨੇਡਾ ਨੇ ਆਪਣੀਆਂ ਫਾਰਮਲ ਫਲਾਈਟ ਸ਼ੁਰੂ ਕਰ ਦੇਣੇ ਨੇ। ਉਮੀਦ ਆ ਕਿ ਜਦ ਤੱਕ ਇਹ ਫਲਾਈਟ ਸ਼ੁਰੂ ਹੋ ਜਾਣੀਆਂ ਨੇ, ਪਰ ਜਦ ਤੱਕ ਗਵਰਨਮੈਂਟ ਦੀ ਕੋਈ ਕੈਨੇਡੀਅਨ ਗਵਰਨਮੈਂਟ ਵੱਲੋਂ ਕੋਈ ਆਫਿਸ਼ੀਅਲ ਅਨਾਊਂਸਮੈਂਟ ਨਹੀਂ ਆਉਂਦੀ, ਇਟ ਇਜ਼ ਸਟਿਲ ਵੇਟ ਐਂਡ ਵਾਚ। ਦੂਸਰਾ, ਇੱਕ ਵਿਜ਼ਟਰ ਨੂੰ ਲੈ ਕੇ ਇੱਕ ਇਨਫੋਰਮੇਸ਼ਨ ਜਿਹੜੀ ਸਾਂਝੀ ਕੀਤੀ ਆ ਜਸਟਿਨ ਟਰੂਡੋ ਸਾਹਿਬ ਨੇ, ਕੱਲ੍ਹ ਹੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਵਿਜ਼ਟਰਸ ਉਹੀ ਅਲਾਊਡ ਨੇ ਕੈਨੇਡਾ ਦੇ ਵਿੱਚ ਜਿਹੜੇ ਫੁੱਲੀ ਵੈਕਸੀਨੇਟਡ ਨੇ। ਅਗਰ ਵਿਜ਼ਟਰਸ ਅਨਵੈਕਸੀਨੇਟਡ ਨੇ ਜਾਂ ਹਾਫ ਵੈਕਸੀਨੇਟਡ ਨੇ, ਉਹ ਕੈਨੇਡਾ ਦੇ ਵਿੱਚ ਅਲਾਊ ਨਹੀਂ ਹੈਗੇ। ਇਸ ਕਰਕੇ ਜਿਹੜੇ ਕੋਈ ਵਿਜ਼ਟਰਸ ਕੈਨੇਡਾ ਜਾਣਾ ਚਾਹੁੰਦੇ ਨੇ ਇਸ ਟਾਈਮ ਦੇ ਉੱਪਰ, ਉਹ ਜ਼ਰੂਰ ਖਿਆਲ ਰੱਖਣ ਕਿ ਉਹਨਾਂ ਨੂੰ ਫੁੱਲ ਵੈਕਸੀਨੇਸ਼ਨ ਕਰਾਉਣ ਤੋਂ ਬਾਅਦ ਹੀ ਕੈਨੇਡਾ ਦੇ ਵਿੱਚ ਐਂਟਰ ਕਰਨ ਦਿੱਤਾ ਜਾਊਗਾ। ਹੁਣ ਗੱਲ ਕਰਦੇ ਹਾਂ ਕਿਊਬਿਕ ਨੂੰ ਲੈ ਕੇ। ਕਿਊਬਿਕ ਨੂੰ ਲੈ ਕੇ ਜੋ ਅਵੇਟ ਸੀਗੀ ਰਿਜ਼ਲਟਸ ਦੀ ਡਾਕੂਮੈਂਟ ਆਪਰੇਸ਼ਨ ਤੋਂ ਬਾਅਦ, ਜਿਵੇਂ ਦੱਸਿਆ ਸੀਗਾ ਕਿ 8-9 ਜੁਲਾਈ ਤੋਂ ਬਾਅਦ ਇਹਦੀ ਉਮੀਦ ਹੈਗੀ ਆ, ਉਹ ਰਿਜ਼ਲਟਸ ਆਉਣ ਲੱਗ ਪਏ ਨੇ, ਬਹੁਤ ਸਲੋ ਨੇ। ਇੱਥੇ ਦੋਨੋਂ ਚੀਜ਼ ਆ ਗਈਆਂ ਨੇ, ਅਪਰੂਵਲ ਵੀ ਆਏ ਨੇ ਅਤੇ ਕੁਛ ਰਿਫਿਊਜ਼ਲ ਵੀ ਆਏ ਨੇ ਅਨਫੋਰਚੁਨੇਟਲੀ। ਸਟੂਡੈਂਟਸ ਇੱਥੇ ਵੀ ਪੁੱਛਦੇ ਨੇ ਕਿ ਕੀ ਅਗਰ ਅਸੀਂ ਔਨਲਾਈਨ ਕਲਾਸਿਸ ਅਟੈਂਡ ਕਰ ਰਹੇ ਹਾਂ, ਪਿਛਲੇ ਜਿੱਦਾਂ ਕੋਈ ਸਟੂਡੈਂਟ ਦਾ 2 ਸਮੈਸਟਰ ਤੋਂ ਲਾ ਰਹੇ ਨੇ, 1 ਸਾਲ ਹੋ ਗਿਆ, ਕਿ ਹਲੇ ਵੀ ਚਾਂਸਿਸ ਹੈਗੇ ਨੇ ਕਿ ਸਾਨੂੰ ਰਿਫਿਊਜ਼ਲ ਆ ਸਕਦੀ ਆ? ਹਾਂ ਬਿਲਕੁਲ, ਦੇਖੋ ਅੰਬੈਸੀ ਨੂੰ ਕੋਈ ਚੈਲੇਂਜ ਨਹੀਂ ਕਰ ਸਕਦਾ ਹੈਗਾ। ਵੀਜ਼ਾ ਆਫਿਸਰ ਨੇ ਡਾਕੂਮੈਂਟ ਅਪਡੇਸ਼ਨ ਸਿਰਫ ਇਸ ਕਰਕੇ ਮੰਗੀ ਹੈ ਕਿ ਉਹ ਦੇਖਣਾ ਚਾਹੁੰਦੇ ਨੇ ਕਿ ਸਟਿਲ ਤੁਸੀਂ ਇੰਟਰਸਟਡ ਹੈਗੇ ਹੋ, ਕਿਉਂਕਿ ਵਕਫਾ ਗੈਪ ਬਹੁਤ ਲੰਬਾ ਪੈ ਗਿਆ ਸੀਗਾ। ਹੁਣ ਜੋ ਇਵੈਲਿਊਏਸ਼ਨ ਕਰਨੀ ਹੈ ਵੀਜ਼ਾ ਆਫਿਸਰ ਨੇ, ਉਹ ਤਾਂ ਆਪਦੇ ਤਰੀਕੇ ਨਾਲ ਹੀ ਕਰਨੀ ਜੋ ਪਹਿਲਾਂ ਕਰਦੇ ਸੀ ਉਹ। ਉਹਦੇ 'ਚ ਅਪਰੂਵਲ ਅਤੇ ਰਿਫਿਊਜ਼ਲ ਦੋਨੋਂ ਚੀਜ਼ਾਂ ਹੀ ਹੈਗੀਆਂ ਨੇ। ਇਹਦਾ ਅਨੈਲਿਸਿਸ ਹਲ ਪੂਰੀ ਤਰ੍ਹਾਂ ਨਾਲ ਕਿ ਕਿੰਨੇ ਕੁ ਅਪਰੂਵਲ ਨੇ ਜਾਂ ਕਿੰਨੇ ਕੁ ਰਿਫਿਊਜ਼ਲ ਨੇ, ਤਾਂ ਜਦ ਕਾਫੀ ਕੇਸਿਸ ਨਿਕਲ ਜਾਣਗੇ ਉਦੋਂ ਹੀ ਦੱਸਿਆ ਜਾ ਸਕਦਾ ਵਾ। ਹਾਂ, ਇਹ ਜ਼ਰੂਰ ਆ ਕਿ ਪਿੱਛੇ ਜੇ ਉਹਨਾਂ ਨੇ ਜਿੰਨੇ ਵੀ ਅਗਰ ਆਪਾਂ ਦੇਖੀਏ ਪਿੱਛੇ 2 ਹਫ਼ਤਿਆਂ ਦੇ ਵਿੱਚ, ਉੱਥੇ ਰਿਫਿਊਜ਼ਲ ਬਹੁਤ ਜ਼ਿਆਦਾ ਦਿੱਤੇ ਨੇ ਓਵਰਆਲ ਕੈਨੇਡਾ ਦੇ ਵਿੱਚ, ਜਦਕਿ ਅਪਰੂਵਲਸ ਬਹੁਤ ਘੱਟ ਦਿੱਤੇ ਨੇ। ਇਹੋ ਜਿਹੇ ਕੇਸਿਸ ਨੂੰ ਵੀ ਉਹਨਾਂ ਨੇ ਡਿਸਅਪਰੂਵ ਕੀਤਾ ਵਾ, ਜਿੱਥੇ ਪ੍ਰੋਫਾਈਲ ਵੀ ਬਹੁਤ ਚੰਗਾ ਸੀਗਾ, ਅਕੈਡਮਿਕ ਸਕੋਰ ਵੀ ਚੰਗਾ ਸੀ, ਔਰ ਆਇਲਟਸ ਦੇ ਬੈਂਡ ਵੀ 6.5 ਜਾਂ 7 ਸੀਗੇ, SDS ਦਾ ਕੇਸ ਸੀਗਾ, ਉੱਥੇ ਵੀ ਰਿਫਿਊਜ਼ਲ ਦਿੱਤੀ ਹੈ ਅਨਫੋਰਚੁਨੇਟਲੀ, ਜਿੱਦਾਂ ਮੈਂ ਦੱਸਿਆ, ਕਿਉਂਕਿ ਨੰਬਰ ਆਫ ਫਾਈਲਸ ਬਹੁਤ ਜ਼ਿਆਦਾ ਨੇ। ਹੈ ਕੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਥਰੂ ਕੰਪਿਊਟਰ ਹੀ ਮਾਰਕ ਕਰ ਰਿਹਾ ਉਹਨਾਂ ਨੂੰ। ਇੱਥੇ ਹੁਣ ਆਪਾਂ ਨੂੰ ਇੱਕ ਹੋਰ ਖਿਆਲ ਰੱਖਣੀ ਪਊਗੀ, 7 ਹੋਰ ਮੁਲਕਾਂ ਨੂੰ ਉਹਨਾਂ ਨੇ SDS ਕੈਟੇਗਰੀ ਦੇ ਵਿੱਚ ਪਰਮਿਸ਼ਨ ਦੇ ਦਿੱਤੀ ਹੈ, ਜਿਹ 'ਚ ਵੱਡਾ ਕੰਟਰੀ ਬ੍ਰਾਜ਼ੀਲ ਵੀ ਹੈਗਾ ਹੁਣ, ਜਿੱਥੋਂ ਬਹੁਤ ਸਾਰੇ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟ ਬਾਹਰ ਪੜ੍ਹਨ ਜਾਂਦੇ ਨੇ। ਅਤੇ ਹੁਣ ਆਪਣਾ ਕੰਪਟੀਸ਼ਨ ਸਟਿਫ ਹੋ ਜਾਊਗਾ, ਆਉਣ ਵਾਲੇ ਵਕਤ ਵਿੱਚ ਵੀ ਆਪਾਂ ਨੂੰ ਜ਼ਿਆਦਾ ਰਿਫਿਊਜ਼ਲ ਦੇਖਣ ਨੂੰ ਮਿਲ ਸਕਦੀਆਂ ਨੇ। ਇੰਡੀਆ ਵਿੱਚ ਇੱਕ ਪ੍ਰੋਬਲਮ ਇਹ ਹੈਗੀ ਆ ਕਿ ਬਹੁਤ ਸਾਰੇ ਇਹੋ ਜਿਹੇ ਕੰਸਲਟੈਂਟ ਨੇ ਜਿਹੜੇ ਜਿੱਦਾਂ ਉਹ ਫੀ ਆਫਟਰ ਵੀਜ਼ਾ ਵਾਲੇ, ਜਿੱਥੇ ਪ੍ਰੋਫਾਈਲ ਬਿਲਕੁਲ ਵੀ ਵੀਕ ਹੁੰਦਾ ਪਰ ਫਾਈਲਸ ਲਾ ਦਿੰਦੇ ਨੇ। ਹੁਣ ਫਾਈਲਸ ਕੀ ਹੁੰਦੀਆਂ ਨੇ, ਅਗਰ ਜੈਨੂਅਨਲੀ ਫਾਈਲਸ 1 ਲੱਖ ਲੱਗਣੀਆਂ ਚਾਹੀਦੀਆਂ ਨੇ, 2 ਲੱਖ ਫਾਈਲਸ ਲੱਗ ਜਾਂਦੀਆਂ ਨੇ, ਅਤੇ ਉਹ ਰਿਫਿਊਜ਼ਲ ਵਿੱਚ ਇਹੋ ਜਿਹੇ ਸਟੂਡੈਂਟਸ ਨੂੰ ਵੀ ਆ ਜਾਂਦਾ ਵਾ ਜਿਹੜੇ ਵਿਚਾਰੇ ਜਿਨ੍ਹਾਂ ਦਾ ਪ੍ਰੋਫਾਈਲ ਵੀ ਚੰਗਾ ਵਾ, ਜਿਨ੍ਹਾਂ ਦੇ ਆਇਲਟਸ ਦੇ ਬੈਂਡ ਵੀ ਚੰਗੇ ਨੇ, ਪਰ ਕਿਉਂਕਿ ਨੰਬਰ ਆਫ ਫਾਈਲਸ ਬਹੁਤ ਜ਼ਿਆਦਾ ਹੁੰਦੀਆਂ ਨੇ, ਉਹ ਫਿਰ ਉਹਨਾਂ ਕੋਲ ਕੋਈ ਚੋਇਸ ਨਹੀਂ ਹੁੰਦੀ, ਉਹਨਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਥਰੂ ਫਾਈਲਸ ਨੂੰ ਪ੍ਰੋਸੈਸ ਕਰਨਾ ਪੈਂਦਾ ਵਾ, ਉੱਥੇ ਫਿਰ ਇਹ ਕੇਸਿਸ ਦੇਖਣ ਨੂੰ ਮਿਲਦੇ ਨੇ। ਇਹ 'ਚ ਆਪਾਂ ਨੂੰ ਹੋਰ ਹੁਣ ਸੁਚੇਤ ਹੋਣ ਦੀ ਲੋੜ ਆ, ਕਿਉਂਕਿ 7 ਹੋਰ ਕੰਟਰੀਜ਼ 'ਚ ਐਡ ਹੋ ਗਈਆਂ ਨੇ, ਉੱਧਰੋਂ ਵੀ ਹੁਣ ਉਹ ਇਹੋ ਜਿਹੇ ਕੰਟਰੀਜ਼ ਨੇ ਜਿਨ੍ਹਾਂ ਤੋਂ ਸਾਰਿਆਂ ਤੋਂ ਸਟੂਡੈਂਟਸ ਐਕਸਪੈਕਟ ਕੀਤੇ ਜਾ ਸਕਦੇ, ਆਲਰੇਡੀ ਸਟੂਡੈਂਟ ਆਉਂਦੇ ਨੇ ਕੈਨੇਡਾ ਦੇ ਵਿੱਚ, ਉਹ ਹੁਣ ਤਾਦਾਦ ਉਹਨਾਂ ਦੀ ਵਧੂਗੀ, ਅਤੇ ਆਪਾਂ ਨੂੰ ਇਹ ਜ਼ਰੂਰ ਖਿਆਲ ਰੱਖਣਾ ਪਊਗਾ ਕਿ ਆਪਣਾ ਪ੍ਰੋਫਾਈਲ, ਅਗਰ ਜਿੰਨਾ ਪ੍ਰੋਫਾਈਲ ਚੰਗਾ ਹੋਊਗਾ, ਉਨਾ ਹੀ ਜਿਹੜੇ ਆਪਣੇ ਵੀਜ਼ਾ ਅਪਰੂਵਲ ਦੇ ਚਾਂਸਿਸ ਨੇ ਉਹ ਵਧਣਗੇ। ਬਾਕੀ ਆਪਾਂ ਦੇਖਦੇ ਹਾਂ ਅੱਗੇ ਕਿ ਕਿਊਬਿਕ ਦੇ ਰਿਜ਼ਲਟਸ ਕੀ ਆਉਂਦੇ ਨੇ, ਜੋ ਵੀ ਰਿਜ਼ਲਟਸ ਆਉਂਦੇ ਨੇ ਅਸੀਂ ਜ਼ਰੂਰ ਤੁਹਾਡੇ ਨਾਲ ਸਾਰੀ ਅਪਡੇਟ ਸਾਂਝੀ ਕਰਦੇ ਰਹਾਂਗੇ। ਜਨਵਰੀ ਇੰਟੇਕ ਅਸੀਂ ਹਲੇ ਵੀ ਐਪਲੀਕੇਸ਼ਨ ਪ੍ਰੋਸੈਸ ਕਰ ਰਹੇ ਹਾਂ, ਨਵੰਬਰ ਇੰਟੇਕ ਦੀਆਂ ਵੀ ਪ੍ਰੋਸੈਸ ਕਰ ਰਹੇ ਹਾਂ। ਇੰਟਾਇਰ ਕੈਨੇਡਾ ਦੇ ਵਿੱਚ ਕਿਤੇ ਵੀ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰਾਉਣਾ ਚਾਹੁੰਦੇ ਹੋ, ਜ਼ਰੂਰ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਾਡੇ ਫੋਨ ਨੰਬਰ ਸਾਹਮਣੇ ਡਿਸਪਲੇ ਹੋ ਰਹੇ ਨੇ, ਇਸ ਪ੍ਰੋਗਰਾਮ ਦੇ ਡਿਸਕ੍ਰਿਪਸ਼ਨ ਸਾਡੇ ਨੰਬਰ ਔਰ ਐਡਰੈਸਿਸ ਹੈਗੇ ਨੇ, ਸਾਡੀ ਵੈਬਸਾਈਟ ਹੈ academicgration.com, ਉੱਥੇ ਮੈਸੇਜ ਬਾਕਸ ਮੈਸੇਜ ਵੀ ਪਾ ਸਕਦੇ ਹੋ। ਅਸੀਂ ਇੰਸਟਾਗ੍ਰਾਮ 'ਤੇ ਵੀ ਅਵੇਲੇਬਲ ਹਾਂ, ਅਸੀਂ ਫੇਸਬੁੱਕ 'ਤੇ ਵੀ ਹਾਂ, ਔਰ ਮੈਂ ਜ਼ਰੂਰ ਜਾਣ ਤੋਂ ਪਹਿਲਾਂ ਕਹੂੰਗਾ ਕਿ ਸਾਡਾ ਯੂਟਿਊਬ ਦਾ ਚੈਨਲ ਵੀ ਸਬਸਕ੍ਰਾਈਬ ਕਰੋ, ਆਉਣ ਵਾਲੇ ਵਕਤ ਵਿੱਚ ਵੀ ਜ਼ਰੂਰੀ ਇਨਫੋਰਮੇਸ਼ਨ ਜ਼ਰੂਰ ਅਸੀਂ ਤੁਹਾਡੇ ਨਾਲ ਰੈਗੂਲਰਲੀ ਸਾਂਝੀ ਕਰਦੇ ਰਹਾਂਗੇ।